ਬਾਕੀ ਭਾਈ ਜੀ ਮਾਸ਼ਾਲਾ ਜਿਹੜੀ ਨਾ ਧੁੱਪ ਮੌਸਮ ਧੁੱਪ ਜਿਹੜੀ ਅੱਜ ਬੜੀ ਕੜਾਕੇਦਾਰ ਹੁਣ ਨਿਕਲੀ ਆ ਅਤੇ 12:30 ਵਜੇ ਧੁੱਪ ਨਿਕਲ ਆਈ ਸੀਗੀ। ਉਹ ਤੋਂ ਬਾਅਦ ਸਵੇਰੇ ਅਸੀਂ ਆਏ ਸੀ ਆਪਣੇ ਮਾਸ਼ਾਲਾ ਆਪਣੀ ਆਪ ਪੈਡ ਕਰਕੇ ਇੱਥੇ ਫਟੇ ਫੁਟੇ ਰੱਖ ਕੇ ਤਾਂ ਅਸੀਂ ਮੁੜ ਕੇ ਉਤਰਿਆ ਜਾਂ ਫੈਂਸੀ ਜਿਹੜੀ ਪੜਦੀ ਦਾ ਪਲਸਤਰ ਸ਼ੁਰੂ ਕੀਤਾ ਹੋਇਆ ਉਹ ਆਪਣੇ ਭਾਈਆਂ ਦਿਖਾ ਰਿਹਾ ਵਾ ਜੀ ਕਿ ਵਿਛ ਵਿਛ ਦੇਖ ਇਹਨੂੰ ਪਲਸਤਰ ਕਰ ਲਈਏ। ਵਿਚਲਾ ਉਹ ਲੂਅਰ ਰਹਿ ਗਿਆ ਇੱਕ ਛੋਟਾ ਜਿਹਾ, ਉਹਦੀਆਂ ਧਾਰਾਂ ਧੁਰਾਂ ਲਾ ਕੇ ਇੱਥੇ ਮੁੜ ਕੇ ਫਿਰ ਇਧਰਲੀ ਸਾਈਡ ਦੀ ਪੜਦੀ ਉਧਰਲੀ ਸਾਈਡ ਦੀ ਪੜਦੀ ਇਹ ਪਲਸਤਰ ਕਰਾਂਗੇ, ਇਹਦੀਆਂ ਧਾਰਾਂ ਲਾ ਕੇ ਇਹਨੂੰ ਟੋਟੇ ਨੂੰ ਫਾਈਨਲ ਕਰਕੇ ਫਿਰ ਮੁੜ ਕੇ ਅਸੀਂ ਇਧਰਲੇ ਪਾ। ਬਿਸਮਿਲ੍ਲਾਹ ਰਹਿਮਾਨ ਰਹੀਮ, ਅਸਲਾਮੁ ਅਲੈਕੁਮ ਮੇਰੇ ਪਿਆਰੇ ਦੋਸਤੋ, ਮੇਰੀ ਦੁਆ ਵਾ ਅੱਲਾਹ ਤਾਲਾ ਮੇਰੇ ਭੈਣ ਭਾਈਆਂ ਨੂੰ ਸਾਰਿਆਂ ਨੂੰ ਖੁਸ਼ ਰੱਖੇ, ਸ਼ਾਦੋ ਆਬਾਦ ਰੱਖੇ। ਇਸ ਦੁਆ ਨਾਲ ਕਰਾਂਗੇ ਆਪਣੀ ਅੱਜ ਦੀ ਵੀਡੀਓ ਸ਼ੁਰੂ। ਵੀਡੀਓ ਸ਼ੁਰੂ ਕਰਨ ਪਹਿਲਾਂ ਸਾਡੀ ਛੋਟੀ ਜਿਹੀ ਗੁਜ਼ਾਰਿਸ਼ ਆ, ਜਿਸ ਭੈਣ ਭਰਾ ਨੇ ਮੇਰਾ ਚੈਨਲ ਅਦੀਬ ਆਸਫ ਵਲੌਗ ਮੇਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਤਾ ਲਾਜ਼ਮਾ ਮੇਰੇ ਚੈਨਲ ਕੋ ਸਬਸਕ੍ਰਾਈਬ ਕਰ ਲਏ, ਬੈਲ ਦਾ ਬਟਨ ਜ਼ਰੂਰ ਪ੍ਰੈਸ ਕਰ ਲਏ, ਮੇਰੀ ਹਰ ਰੋਜ਼ ਨਹੀਂ ਆਉਣ ਵਾਲੀ ਵੀਡੀਓ ਅਬ ਤੱਕ ਬਰ ਵਕਤ ਪਹੁੰਚਦੀ ਰਹੇਗੀ। ਬਾਕੀ ਬਾਈ ਜੀ ਦੇਖੋ ਨਾ, ਮੈਂ ਹੌਂਸਲਾ ਨਹੀਂ ਛੱਡਿਆ, ਕੁਛ ਦਿਨਾਂ ਤੋਂ ਨਾ ਮੇਰੀ ਨਾ ਵੀਡੀਓ ਘੱਟ ਚੱਲਦੀ ਪਈ, ਬਹੁਤ ਘੱਟ ਚੱਲਣ ਡਈ ਹੈ ਜੀ, ਕਦੀ 5 ਕਦੀ 4 ਕਦੀ 5 ਕਦੀ 4 8 9 10 ਇੱਦਾਂ ਵੀ ਹੋ ਪੈਂਦੇ ਆ, ਫਿਰ ਵੀ ਮੈਂ ਹੌਂਸਲਾ ਨਹੀਂ ਛੱਡਦਾ। ਮੈਂ ਕਿਹਾ ਯਾਰ ਕਦੀ ਇੱਕ ਤੋਂ ਇੱਕ ਦਿਨ ਮੈਂ ਕਿਹਾ ਮੇਰੇ ਭਾਈ ਮੇਰੀ ਵੀਡੀਓ ਨੂੰ ਜ਼ਰੂਰ ਦੇਖਣਗੇ, ਜ਼ਰੂਰ ਦੇਖਣਗੇ। ਮੈਂ ਰੋਜ਼ ਇਹਨਾਂ ਨਵੀਂ ਇੱਕ ਦਿਲ 'ਚ ਆਸ਼ਾ ਲੈ ਕੇ ਆਪਣੀ ਵੀਡੀਓ ਬਣਾਉਂਦਾ ਵਾਂ ਅਤੇ ਵੀਡੀਓ ਬਣਾ ਕੇ ਆਪਣੇ ਭੈਣ ਭਾਈਆਂ ਤੱਕ ਜ਼ਰੂਰ ਪਹੁੰਚਾਉਂਦਾ ਵਾਂ ਜੀ। ਬਾਈ ਜੀ ਕੱਲ੍ਹ ਮੈਂ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਈ ਸੀ ਕਿ ਤਿਆਰ ਛੱਤ ਸਲਿੱਪਾਂ ਵਾਲੀ, ਅਤੇ ਅੱਜ ਮੈਂ ਹੁਣ ਚੱਲਦਾ ਵਾਂ ਆਪਣੇ ਕੰਮ 'ਤੇ, ਕੰਮ ਜਾ ਕੇ ਜਿਹੜਾ ਕੰਮ ਹੋਇਆ ਉਹ ਆਪਣੇ ਭੈਣ ਭਾਈਆਂ ਨਾਲ ਜ਼ਰੂਰ ਸ਼ੇਅਰ ਕਰੂੰਗਾ। ਬਾਕੀ ਬਾਈ ਜੀ ਜਿਹੜੇ ਜਿਹੜੇ ਭਾਈਆਂ ਨੇ ਨਾ ਮੇਰੇ ਚੈਨਲ ਕੋਲ ਸਬਸਕ੍ਰਾਈਬ ਕੀਤਾ ਹੋਇਆ ਨਾ, ਜਿਹੜੇ ਜਿਹੜੇ ਮੇਰੇ ਭਾਈ ਮੇਰੀ ਸ਼ਾਰਟ ਵੀਡੀਓ ਨੂੰ ਵੀ ਦੇਖਦੇ ਆ, ਵੱਡੀ ਵੀਡੀਓ 'ਤੇ ਆਓ, ਮੇਰੀ ਵੱਡੀ ਵੀਡੀਓ ਨੂੰ ਵੀ ਦੇਖਿਆ ਕਰੋ ਜ਼ਰੂਰ, ਕਿਉਂਕਿ ਮੇਰਾ ਵਾਈ ਟਾਈਮ ਬਹੁਤ ਬਹੁਤ ਕੰਮ ਆ ਯਾਰ, ਤੁਹਾਡੇ ਭੈਣਾਂ ਭਰਾਵਾਂ ਦੀ ਸਪੋਰਟ ਦੇ ਨਾਲ ਹੀ ਮੇਰਾ ਵਾਈ ਟਾਈਮ ਪੂਰਾ ਹੋਣਾ ਵਾ। ਬਾਕੀ ਭਾਈ ਜੀ ਮਾਸ਼ਾਲਾ ਜਿਹੜੀ ਨਾ ਧੁੱਪ ਮੌਸਮ ਧੁੱਪ ਜਿਹੜੀ ਅੱਜ ਬੜੀ ਕੜਾਕੇਦਾਰ ਹੁਣ ਨਿਕਲੀ ਆ ਅਤੇ 12:30 ਵਜੇ ਧੁੱਪ ਨਿਕਲ ਆਈ ਸੀਗੀ। ਉਹ ਤੋਂ ਬਾਅਦ ਸਵੇਰੇ ਅਸੀਂ ਆਏ ਸੀ ਆਪਣੇ ਮਾਸ਼ਾਲਾ ਆਪਣੀ ਆਪ ਪੈਡ ਕਰਕੇ ਇੱਥੇ ਫਟੇ ਫੁਟੇ ਰੱਖ ਕੇ ਤਾਂ ਅਸੀਂ ਮੁੜ ਕੇ ਉਤਰਿਆ ਜਾਂ ਫੈਂਸੀ ਜਿਹੜੀ ਪੜਦੀ ਦਾ ਪਲਸਤਰ ਸ਼ੁਰੂ ਕੀਤਾ ਹੋਇਆ ਵਾ ਉਹ ਆਪਣੇ ਭਾਈਆਂ ਦਿਖਾ ਰਿਹਾ ਵਾ ਜੀ ਕਿ ਵਿਛ ਵਿਛ ਦੇਖ ਇਹਨੂੰ ਪਲਸਤਰ ਕਰ ਲਈਏ। ਵਿਚਲਾ ਉਹ ਲੂਅਰ ਰਹਿ ਗਿਆ ਇੱਕ ਛੋਟਾ ਜਿਹਾ, ਉਹਦੀਆਂ ਧਾਰਾਂ ਧੁਰਾਂ ਲਾ ਕੇ ਇੱਥੇ ਮੁੜ ਕੇ ਫਿਰ ਇਧਰਲੀ ਸਾਈਡ ਦੀ ਪੜਦੀ ਉਧਰਲੀ ਸਾਈਡ ਦੀ ਪੜਦੀ ਇਹ ਪਲਸਤਰ ਕਰਾਂਗੇ, ਇਹਦੀਆਂ ਧਾਰਾਂ ਲਾ ਕੇ ਇਹਨੂੰ ਟੋਟੇ ਨੂੰ ਫਾਈਨਲ ਕਰਕੇ ਫਿਰ ਮੁੜ ਕੇ ਅਸੀਂ ਇਧਰਲੇ ਪਾਸੇ ਆ ਜਾਂਦੇ ਜੀ। ਇਹਨੂੰ ਅੱਜ ਮਾਸ਼ਾਲਾ ਜਿਹੜਾ ਜਿਹੜਾ ਫੈਂਸੀ ਕੰਮ ਕਰਾਂਗੇ ਉਹ ਆਪਣੇ ਭੈਣ ਭਾਈਆਂ ਨਾਲ ਅਸੀਂ ਜ਼ਰੂਰ ਸ਼ੇਅਰ ਕਰਾਂਗੇ ਜੀ। ਬਾਕੀ ਭਾਈ ਜੀ ਮਾਸ਼ਾਲਾ ਜੀ ਸ਼ਾਮ ਦੇ 5 ਵਜ ਗਏ ਜੀ, ਹੁਣ ਅਸੀਂ ਕਰ ਲਈ ਛੁੱਟੀ ਆਪਣੀ, ਅਤੇ ਜਿਹੜਾ ਅਸੀਂ ਆਪਣਾ ਪਲਸਤਰ ਕੀਤਾ ਸੀਗਾ ਉਹ ਆਪਣੇ ਭੈਣ ਭਾਈਆਂ ਨੂੰ ਦਿਖਾ ਰਹੇ ਹਾਂ ਜੀ। ਮਾਸ਼ਾਲਾ ਕਿੱਡਾ ਬਿਹਤਰੀਨ ਜਿਹਾ ਰੱਖ ਕੇ ਸਾਰੀਆਂ ਤਾਰਾਂ ਲਾ ਕੇ ਬਿਲਕੁਲ ਪਲਸਤਰ ਸਾਰਾ ਇਹਦਾ ਫੈਨਲ ਕਰ ਦਿੱਤਾ ਜੀ, ਅਤੇ ਦੇਖੋ ਜੀ ਨਿੱਕੀਆਂ ਨਿੱਕੀਆਂ ਤਾਰਾਂ ਹੀ ਬਹੁਤ ਸਾਰੀਆਂ ਸੀਗੀਆਂ, ਸਵੇਰ ਤੋਂ ਲੱਗ ਕੇ 2 ਮਿਸਤਰੀ ਲੱਗੇ ਰਹੇ, ਸ਼ਾਮ ਤੋਂ ਲੱਗ ਕੇ 2 ਮਿਸਤਰੀ ਲੱਗ ਰਹੇ ਆ, ਅਤੇ ਫਿਰ ਟੋਟਾ ਜਿਹੜਾ ਇਤਲਾ ਮੱਥਾ ਜਿਹੜਾ ਕਲੀਅਰ ਹੋ ਗਿਆ ਜੀ, ਬਿਲਕੁਲ ਸਾਰੀ ਤਾਰ ਨੋ ਕੇ ਦੀ ਸਾਰੀ ਬਿਲਕੁਲ ਫੈਨਲ ਹੋ ਗਈ, ਫੈਨਲ ਸੀ ਕੰਮ ਅੱਜ ਕੀਤਾ ਪਲਸਤਰ ਦਾ ਨਿੱਕੇ ਨਿੱਕੇ ਕੰਮ 'ਤੇ ਨਾ, ਅਤੇ ਫਿਰ ਬਹੁਤ ਸਾਰਾ ਟਾਈਮ ਲੱਗਦਾ ਜੀ, ਇਹ ਤਸੱਲੀ ਨਾਲ ਹੀ ਕੰਮ ਮੁੱਕਦਾ ਜੀ। ਬਾਕੀ ਅਸੀਂ ਆਪਣਾ ਜਿਹੜਾ ਇਧਰਲਾ ਇਹ ਵੀ ਪਟੇ ਦੀ ਆਪਣੀ ਤਿਆਰੀ ਲਾਈ ਹੈ, ਥੋੜ੍ਹਾ ਥੋੜ੍ਹਾ ਇਹਦੀ ਕੱਟ ਕਟਾਈ ਕਰ ਲਏ ਆ। ਬਾਕੀ ਭਾਈ ਜੀ ਮਾਸ਼ਾਲਾ ਸ਼ਾਮ ਦਾ ਟਾਈਮ ਹੋ ਗਿਆ ਜੀ, ਛੁੱਟੀ ਕਰ ਲਈ ਹੈ ਅਤੇ ਥੱਲੇ ਆਣ ਕੇ ਆਪਣੇ ਭਾਈਆਂ ਨੇ ਜਿਹੜਾ ਪਲਸਤਰਾ ਸੀ ਅੱਜ ਕੀਤਾ 2 ਮਿਸਤਰੀਆਂ ਨੇ ਉਹ ਆਪਣੇ ਭਾਈਆਂ ਦਿਖਾ ਰਹੇ ਹਾਂ ਜੀ। ਥੱਲੇ ਦੇਖੋ ਜੀ ਮਾਸ਼ਾਲਾ ਪਟਾ ਕਿੰਨਾ ਖੂਬਸੂਰਤ, ਕਿੰਨਾ ਪਿਆਰਾ ਲੱਗਦਾ, ਨਾਲੋਂ ਨਾਲ ਸਾਰੀਆਂ ਤਾਰਾਂ ਡੱਬੇ ਦੀਆਂ ਫੈਨਲ ਕਰ ਦਿੱਤੀਆਂ ਜੀ। ਬਾਕੀ ਇਧਰਲੇ ਵੀ ਪੈਡ ਪੂਡ ਆਪਣੀ ਕੀਤੀ ਆ, ਇਧਰਲੇ ਵੀ ਛਿਲਛਲਾਈਆ ਕੀਤਾ ਵੀ ਜਿੱਥੇ ਜਿੱਥੇ ਰਫ ਹੋਣਾ ਸੀ ਪਲਸਤਰ ਰਫ ਕੀਤਾ ਵਾ, ਅਤੇ ਰਫ ਕਰਕੇ ਅਤੇ ਇਹਦੀ ਵੀ ਤਿਆਰੀ ਲਾ ਕੇ ਚੱਲੇ ਹਾਂ ਹੁਣ ਆਪਣੇ ਘਰ, ਅਤੇ ਸਵੇਰੇ ਆਵਾਂਗੇ ਅੱਲਾ ਹੈਰ ਕਰੇ ਇਧਰਲੇ ਸਾਈਡ ਨੂੰ ਜੁੜ ਜਾਵਾਂਗੇ, ਇਹ ਵੀ ਅੱਲਾ ਹੈਰ ਕਰੇ 2 ਦਿਨ ਲੱਗਣੇ ਉੱਥੇ ਇਹ ਵੀ ਟੋਟਾ ਫਾਈਨਲ ਹੋ ਜਾਏਗਾ ਜੀ। ਬਾਕੀ ਮੇਰੇ ਭਾਈਆਂ ਨੇ ਮੇਰੀ ਵੀਡੀਓ ਦੇ ਨਾਲ ਨਾਲ ਜੁੜੇ ਰਿਹਾ ਕਰਨਾ, ਮੇਰੀ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ, ਅਤੇ ਤੁਹਾਡੀ ਸਪੋਰਟ ਦੇ ਨਾਲ ਹੀ ਮੇਰਾ ਚਲੋ ਵਾਈ ਟਾਈਮ ਪੂਰਾ ਹੁੰਦਾ ਜਾਏਗਾ ਜੀ। ਅੱਲਾ ਹਾਫਿਜ਼, ਸਵੇਰੇ ਨਵੀਂ ਵੀਡੀਓ ਕਿਸਾ ਜ਼ਰੂਰ ਮਿਲਾ।